ਮੋਗਾ ਦੇ ਵਿੱਚ ਦਿਲ ਨੂੰ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਪਤੀ ਪਤਨੀ ਦੇ ਵੱਲੋਂ ਆਪਣੇ ਮਾਮੇ ਦੇ ਮੁੰਡੇ ਦਾ ਕਤਲ ਕੀਤਾ ਗਿਆ। ਗੁਆਂਢ ਦੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਦੱਸ ਦਈਏ ਕਿ ਪਤੀ ਪਤਨੀ ਨੇ ਏਕਾ ਕੀਤਾ, ਜਿਸ ਤੋਂ ਬਾਅਦ ਪੂਰੀ ਪਲੈਨਿੰਗ ਦੇ ਨਾਲ ਆਪਣੇ ਮਾਮੇ ਦੇ ਮੁੰਡੇ ਦੇ ਸਿਰ ਤੇ ਘੋਟਨੇ ਮਾਰੇ, ਰੋਡ ਦੇ ਨਾਲ ਹਮਲਾ ਕੀਤਾ। ਆਖਿਰਕਾਰ ਜਦੋਂ ਨਹੀਂ ਮਰਿਆ ਤਾਂ ਰੱਸੀ ਦੇ ਨਾਲ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮੋਗਾ ਦੇ ਸਮਾਲਸਰ ਦੇ ਪਿੰਡ ਮਲਕੇ ਦੀ ਇਹ ਵਾਰਦਾਤ ਹੈ। ਜਾਣਕਾਰੀ ਮੁਤਾਬਿਕ ਜਸਵਿੰਦਰ ਸਿੰਘ ਦੀ ਪਤਨੀ ਦੇ ਨਾਜਾਇਜ਼ ਸੰਬੰਧ ਮ੍ਰਿਤਕ ਦੇ ਨਾਲ ਸਨ ਤੇ ਕੁਝ ਦਿਨ ਪਹਿਲਾਂ ਸਮਝੌਤਾ ਹੋਇਆ ਸੀ ਤੇ ਅੱਜ ਪਤਨੀ ਨੇ ਫੋਨ ਕਰਕੇ ਮ੍ਰਿਤਕ ਨੌਜਵਾਨ ਨੂੰ ਗੁਆਂਢ ਦੇ ਵਿੱਚ ਬੁਲਾਇਆ ਜਿੱਥੇ ਇਹ ਸਾਰੀ ਵਾਰਦਾਤ ਕੀਤੀ। ਫਿਰ ਦੋਵੇਂ ਪਤੀ ਪਤਨੀ ਇਕੱਠੇ ਹੋ ਗਏ ਔਰ ਉਹਨਾਂ ਨੇ ਘੋਟਨਾ ਸਿਰ ਤੇ ਮਾਰਿਆ, ਫਿਰ ਰੱਸੀ ਦੇ ਨਾਲ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਬਾਅਦ ਵਿੱਚ ਥਾਣੇ ਜਾ ਕੇ ਦੋਵਾਂ ਨੇ ਸਰੈਂਡਰ ਕੀਤਾ ਤਾਂ ਪੁਲਿਸ ਦੇ ਵੱਲੋਂ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਇਸ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕੀਤੀ ਗਈ। ਤਾਂ ਮੋਗਾ ਦੇ ਵਿੱਚ ਇਹ ਵਾਰਦਾਤ ਹੋਈ, ਪਤੀ ਪਤਨੀ ਨੇ ਮਿਲ ਕੇ ਮਾਮੇ ਦੇ ਮੁੰਡੇ ਦਾ ਕਤਲ ਕੀਤਾ, ਨਾਜਾਇਜ਼ ਸੰਬੰਧਾਂ ਦੇ ਚੱਲਦੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਕਤਲ ਤੋਂ ਬਾਅਦ ਦੋਵਾਂ ਨੇ ਥਾਣੇ ਜਾ ਕੇ ਸਰੈਂਡਰ ਵੀ ਕਰ ਦਿੱਤਾ। ਘੋਟਨੇ ਦੇ ਨਾਲ ਸਿਰ ਤੇ ਵਾਰ ਕੀਤੇ ਗਏ ਨੇ, ਰੋੜਾਂ ਦੇ ਨਾਲ ਵਾਰ ਕੀਤੇ ਗਏ ਨੇ, ਫਿਰ ਆਖਿਰਕਾਰ ਰੱਸੀ ਦੇ ਨਾਲ ਗਲਾ ਘੁੱਟਿਆ ਜਿਸ ਨਾਲ ਇਸ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਇਹ ਨੌਜਵਾਨ ਕੁਝ ਸਮਾਂ ਵਿਦੇਸ਼ ਦੇ ਵਿੱਚ ਵੀ ਲਾ ਕੇ ਆਇਆ ਹੈ, ਜਿਸ ਦੇ ਨਾਜਾਇਜ਼ ਸੰਬੰਧ ਸਨ ਔਰ ਸਮਝੌਤਾ ਹੋ ਚੁੱਕਿਆ ਸੀ। ਤਾਂ ਪੂਰੀ ਪਲੈਨਿੰਗ ਦੇ ਨਾਲ ਪਤੀ ਪਤਨੀ ਨੇ ਇਸ ਨੌਜਵਾਨ ਨੂੰ, ਜੋ ਕਿ ਰਿਸ਼ਤੇ ਦੇ ਵਿੱਚ ਮਾਮੇ ਦਾ ਮੁੰਡਾ ਲੱਗਦਾ ਹੈ, ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਬੱਬੀ ਸਿੰਘ ਹੈ ਜੀ। ਬੱਬੀ ਸਿੰਘ, ਕੀ ਗੱਲ ਕੀ ਹੋਈ ਅੱਜ? ਇਹ ਗੱਲ, ਅਸੀਂ ਮੰਡੀ 'ਚ ਲੱਗੇ ਹੋਏ ਹਾਂ ਜੀ, ਪਰਿਵਾਰ, ਦੋ ਬੇਟੀਆਂ, ਇੱਕ ਘਰ ਵਾਲੀ, ਇੱਕ ਮੈਂ। ਅਸੀਂ ਤੜਕੇ ਸੁਬਹਾ 8 ਵਜੇ ਮੰਡੀ ਚਲੇ ਜਾਂਦੇ ਹਾਂ ਅਤੇ ਮੰਡੀ 'ਚੋਂ ਜਾਣ ਤੋਂ ਬਾਅਦ ਮੇਰੀ ਬੇਟੀ ਹੁੰਦੀ, ਉਹਦੇ ਢੂਈ ਸੱਟ ਲੱਗੀ ਆ, ਉਹ ਇੱਥੇ ਲੌਕ ਲਾ ਕੇ ਉਹਨੂੰ ਪੈ ਜਾਂਦੀ ਆ ਅਤੇ ਰੀਨਾ ਕੌਰ ਆਈ ਆ, ਉਹਨੇ ਗੇਟ ਖੜਵਾਇਆ ਖੜਕਾ ਕੇ। ਇਹ ਕਹਿੰਦੀ ਕੌਣ ਆ? ਕਹਿੰਦੀ ਮੈਂ ਰੀਨਾ ਹੈ। ਕਿ ਉਹਨੇ ਗੇਟ ਖੋਲ੍ਹਤਾ, ਇਹ ਬੰਦੇ ਨੇ ਅੰਦਰ ਮੋਟਰਸਾਈਕਲ ਵਾੜਤਾ, ਮਗਰੇ ਰੀਨਾ ਕੌਰ ਵੜਾਈ ਆ। ਕਹਿੰਦੀ ਪੁੱਤ ਤੂੰ ਉੱਧਰ ਜਾ ਵੜਾ, ਅਤੇ ਅਸੀਂ ਕੋਈ ਗੱਲ ਕਰਨੀ ਆ। ਉਸ ਤੋਂ ਬਾਅਦ ਕੁੜੀ ਇਹਨਾਂ ਦੇ ਘਰ ਜਾ ਵੜੀ ਆ, ਪਾਸੇ ਬਾਹਰ ਕੱਢਤੀ ਆ ਅਤੇ ਮਗਰੇ ਜਸਵਿੰਦਰ ਸਿੰਘ ਆ ਗਿਆ, ਉਹਨਾਂ ਦੋਵੇਂ ਰਲ ਮਿਲ ਕੇ ਇਹਨੂੰ ਇੱਥੇ ਮਾਰਿਆ। ਅਤੇ ਸਾਨੂੰ ਕੋਈ ਪਤਾ ਨਹੀਂ, ਪਰਿਵਾਰ ਨੂੰ ਕਿਸੇ ਨੂੰ, ਗੁੜੀਆਂ ਨੂੰ ਨਹੀਂ ਮੇਰੇ ਪਤਾ। ਆਪ ਚਾਬੀ ਇਹਨੂੰ ਲੌਕ ਲਾ ਕੇ ਬਾਰੀ ਨੂੰ ਅਤੇ ਥਾਣੇ ਜਾ ਵੜੇ। ਥਾਣੇ ਜਾ ਕੇ ਉਹਨਾਂ ਨੇ ਬਿਆਨ ਦਿੱਤਾ ਵੀ ਅਸੀਂ ਮਾਰ ਕੇ ਆਏ ਹਾਂ, ਵੀ ਬੱਬੀ ਦਾ ਕਸੂਰ ਨਹੀਂ ਆ, ਨਾ ਬਲਜਿੰਦਰ ਦਾ ਕਸੂਰ ਆ, ਜਿਹਦਾ ਮਕਾਨ ਆ, ਵੀ ਅਸੀਂ ਮਾਰਿਆ ਜੀ। ਅਤੇ ਮਤਲਬ ਇੱਥੋਂ ਚਲੇ ਗਏ ਉਹ। ਤੁਹਾਡੀ ਬੇਟੀ ਕਿੱਡੀ ਗਏ? ਬੇਟੀ ਮੇਰੀ ਹੈਗੀ ਹੈ ਜੀ 17 ਸਾਲ ਦੀ ਆ। ਅਤੇ ਜਸਵਿੰਦਰ ਅਤੇ ਰੀਨਾ ਤੁਹਾਡੇ ਘਰੇ ਆਉਂਦੇ ਜਾਂਦੇ ਸੀਗੇ? ਹਾਂਜੀ, ਇਹ ਉਹਦੇ ਭਰਾ ਦਾ ਮਕਾਨ ਆ ਜਿੱਥੇ ਮੇਰਾ ਇੱਕ ਮੈਰਾ ਹੀ ਨਾ ਜੀ, ਪਹਿਲਾਂ ਵੀ ਆਉਂਦੇ ਜਾਂਦੇ ਆ। ਅੱਛਾ, ਹਾਂਜੀ। ਅਤੇ ਬੇਟੀ ਨੂੰ ਕਿੱਥੇ ਭੇਜਤਾ ਜੀ ਤੁਹਾਡੀ? ਬੇਟੀ ਨੂੰ ਬਾਹਰ ਕੱਢਤਾ ਜੀ, ਕਹਿੰਦੇ ਗੱਲ ਕਰ ਲੈਂਦੇ, ਦੋ ਮਿੰਟ ਪੁੱਤ ਬਾਹਰ ਚੱਲ। ਅੱਛਾ, ਦੋਨੇ ਜੀ ਅੰਦਰ ਵੜ ਗਏ ਇਹਨੂੰ। ਅੱਛਾ, ਹਾਂਜੀ। ਅਤੇ ਇਹਦਾ ਕੀ ਨਾਮ ਆ ਮੁੰਡੇ ਦਾ ਜਿਹੜਾ ਮਰਿਆ? ਇਹਦਾ ਨਹੀਂ ਮੈਂ ਨਾਂ ਜਾਣਦਾ ਜੀ, ਨਾ ਆਪਾਂ ਕਦੇ ਦੇਖਿਆ ਨੂੰ ਅੱਗੇ ਇੱਥੇ ਆਏ ਨੂੰ। ਅੱਛਾ, ਮਿਲੇ ਨਹੀਂ ਕਦੇ? ਹਾਂ ਨਹੀਂ ਜੀ, ਆਪਾਂ ਨਹੀਂ ਮਿਲੇ ਕਦੇ। ਅੱਛਾ, ਇਹ ਤਾਂ ਹੁਣ ਜਿਹੜੇ ਇਹਦੇ ਪਿੰਡੋਂ ਆਏ ਆ, ਉਹ ਦੱਸ ਰਹੇ ਵੀ ਇਹ ਤਾਂ ਬਿਹਰੀਨ ਦੇ ਵਿੱਚ ਸੀਗਾ ਅਤੇ ਹੁਣ ਜਿਹਨੇ ਰਿਸ਼ਤੇਦਾਰੀ 'ਚ ਉਹਨਾਂ ਦੇ ਮਾਮੇ ਦਾ ਮੁੰਡਾ ਸਕੇਗਾ। ਕਿਹਦੇ ਮਾਮੇ ਦਾ ਮੁੰਡਾ? ਇਹ ਜਸਵਿੰਦਰ ਸਿੰਘ ਦੀ, ਜਿਨ੍ਹਾਂ ਨੇ ਮਾਰਿਆ। ਹਾਂਜੀ, ਜਿਨ੍ਹਾਂ ਨੇ ਮਾਰਿਆ। ਅਤੇ ਕਾਰਨ ਪਤਾ ਲੱਗਿਆ ਕਿਉਂ ਮਾਰਿਆ? ਨਹੀਂ ਜੀ, ਸਾਨੂੰ ਕਿਸੇ ਕਾਰਨ ਦਾ ਹਜੇ ਤੱਕ ਕੋਈ ਪਤਾ ਨਹੀਂ। ਮੈਂ ਤਾਂ ਹੁਣ ਥੋੜ੍ਹਾ ਚਿਰ ਇੱਥੇ ਰਹਿਣ ਲੱਗਿਆ, ਥੋੜ੍ਹਾ ਚਿਰ ਹੋਇਆ। ਪਹਿਲਾਂ ਮੇਰੀ ਜਗ੍ਹਾ ਲਈ ਹੋਈ ਆ ਪਾਸੇ ਅਤੇ ਉਹਦੇ 'ਚ ਮਕਾਨ ਪਾਉਣਾ ਸੀਗਾ। ਪਿਛਲਾ ਮਕਾਨ ਮੈਂ ਵੇਚ ਗਿਆ ਪਿੰਡੋਂ ਅਤੇ ਮੈਂ ਪਾਉਣਾ ਸੀਗਾ। ਪਹਿਲਾਂ ਮੇਰੀ ਪਿਛਲੇ ਮਕਾਨ 'ਚ ਰਹਿਸ਼ ਸੀਗੀ, ਉਹਨੇ ਠਾਤਾ। ਉਹ ਕਹਿੰਦੇ ਮੈਂ ਮਕਾਨ 'ਚ ਰਹਿਸ਼ ਕਰਨੀ ਆ, ਵੀ ਤੂੰ ਇੱਥੋਂ ਮਕਾਨ ਸਮਾਨ ਚੱਕ ਲਾ। ਫਿਰ ਇਹ ਭਤੀਜਾ ਹੀ ਸੀ ਮੇਰਾ, ਘਰਾਂ 'ਚੋਂ ਲੱਗਦਾ। ਇਹ ਪਤਾ ਲੱਗਾ ਕਾਹਦੇ ਨਾਲ ਮਾਰਿਆ?
ਇਹ ਜੀ ਇੱਕ ਇੱਥੇ ਆ ਕੇ ਵੇਖਿਆ ਸੀ ਤਾਂ ਬਾਅਦ ਦੇ ਵਿੱਚ ਵੀ ਇੱਕ ਤਾਂ ਘੋਟਾ ਸੀਗਾ, ਇੱਕ ਪੈਪ ਸੀ, ਇੱਕ ਇਹਨਾਂ ਦੇ ਘਰ ਉੱਧਰ ਰੱਸਾ ਪਿਆ ਸੀਗਾ, ਉਹਦੇ ਨਾਲ ਮਾਰਿਆ ਜੀ, ਗਲ ਘੁੱਟ ਕੇ ਮਾਰਿਆ, ਫਿਰ ਇਹਨੂੰ ਕੁੱਟੀ ਗਏ, ਪਤਾ ਨਹੀਂ ਘੋਟੇ ਨਾਲ ਹੀ ਕੁੱਟੀ ਗਏ, ਕਿਸੇ ਚੀਜ਼ ਨਾਲ ਕੁੱਟੀ ਗਏ, ਕਿਉਂਕਿ ਮਤਲਬ ਗਿੱਚੀ ਸੱਟਾਂ ਇਹਦੇ ਜ਼ਿਆਦਾ। ਮੌਤ ਤਾਂ ਇਹ ਪਹਿਲਾਂ ਉੱਥੇ ਰਹਿੰਦੇ ਹੁੰਦੇ ਸੀਗੇ ਇਹ ਜਸਵਿੰਦਰ, ਉੱਥੇ ਪਤਾ ਨਹੀਂ ਕੀ ਗੱਲਬਾਤ ਹੋਈ ਆ ਕੀ ਨਹੀਂ ਹੋਈ ਇਹਨਾਂ ਦੀ, ਇਹਨਾਂ ਨੇ ਮੁੜ ਕੇ ਇੱਥੇ ਆ ਗਏ ਆ, ਇੱਧਰ ਆਪਾਂ ਤਾਂ ਪਤਾ ਨਹੀਂ ਕੀ ਗੱਲਬਾਤ ਹੁੰਦੀ ਆ। ਅੱਜ ਉਹਦੇ ਘਰ ਵਾਲੀ ਨੇ ਫੋਨ ਸਾਹਿਬ ਲਾ ਕੇ ਉਹਨੂੰ ਸੱਦਿਆ ਇੱਥੇ, ਇਹਨਾਂ ਦੀ ਦੋਵਾਂ ਦੀ ਮਿਲੀ ਜੁਲੀ ਗੱਲ ਸੀਗੀ, ਇਹਦੇ ਜਸਵਿੰਦਰ ਸਿੰਘ ਦੀ ਅਤੇ ਉਹਦੇ ਘਰ ਵਾਲੀ ਦੀ, ਇਹਨਾਂ ਨੇ ਦੋਵਾਂ ਨੇ ਮਾਰਿਆ ਗਾ। ਕਾਰਨ ਤਾਂ ਹੁਣ ਕੁਛ ਕਹਿ ਨਹੀਂ ਸਕਦੇ ਜੀ, ਅਸੀਂ ਤਾਂ ਰਿਸ਼ਤੇਦਾਰ ਹਾਂ, ਹੁਣ ਅਸੀਂ ਤਾਂ ਕਿਤੇ ਕਿਤਾ ਹੀ ਆਉਣੇ ਆ। ਪਹਿਲਾਂ ਵੀ ਹੋਈ ਸੀਗੀ ਠਾਣੋ ਠਾਣੀ, ਪਹਿਲਾਂ ਵੀ ਹੋਏ ਸੀਗੇ, ਇਹ ਪਰਸੋਂ ਵੀ ਗਏ ਆ, ਪਰਸੋਂ ਵੀ ਇੱਥੇ ਘਰੇ ਗਏ ਆ, ਉੱਥੇ ਗੇਟ ਗੂੜ ਪਰਸੋਂ ਵੀ ਭੰਨ ਕੇ ਆਏ ਆ, ਇਹ ਗਏ ਸੀਗੇ, ਪਿੰਡੋਂ ਵੀ ਸੀਗੇ ਦੋ ਬੰਦੇ ਹੋਰ, ਪਤਾ ਨਹੀਂ ਕੌਣ ਕੌਣ ਸੀਗੇ, ਅਸੀਂ ਤਾਂ ਪਤਾ ਨਹੀਂ ਗਾ। ਦਰਖਾਸਤ ਦਿੱਤੀ ਵੀ ਆ ਇੱਥੇ ਪੰਜ ਗ੍ਰਾਈ ਥਾਣੇ 'ਚ। ਲੜਾਈ ਝਗੜਾ ਤਾਂ ਹੁਣ ਮੈਂ ਤਾਂ ਕੁਛ ਕਹਿ ਨਹੀਂ ਸਕਦਾ, ਮੈਨੂੰ ਤਾਂ ਪਤਾ ਨਹੀਂ ਸੀਗਾ, ਮੈਂ ਤਾਂ ਹੁਣ ਉੱਥੇ ਰਹਿੰਦਾ ਗਾ, ਲੜਾਈ ਝਗੜੇ ਤਾਂ ਹੁਣ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਾਹਦਾ ਸੀਗਾ। ਮਾਮਲੇ ਜੀ, ਮੈਂ ਨਾ ਅੱਜ ਇਲਾਕੇ ਦੇ ਵਿੱਚ ਸੀਗਾ ਸਵੇਦ ਫੋਰਸ ਦੇ, ਮੈਂ ਪਿੰਡ ਮਲਕੇ ਬੱਸ ਸਟੈਂਡ ਪਹੁੰਚਿਆ ਅਤੇ ਮੈਨੂੰ ਸੁਖਵਿੰਦਰ ਸਿੰਘ ਵਾਸੀ ਮੱਲਿਆਂ ਅਤੇ ਵਕੀਲ ਸਿੰਘ ਵਾਸੀ ਜਿਉਣ ਵਾਲਾ ਮਲਾਕੇ ਹੋਏ, ਜਿਨ੍ਹਾਂ ਨੇ ਦੱਸਿਆ ਵੀ ਸਾਡਾ ਇੱਕ ਰਿਸ਼ਤੇਦਾਰ ਹੈ ਧਰਮਾ ਸਿੰਘ ਜੋਨ ਸਿੰਘ ਵਾਲੇ ਦਾ, ਉਹਦੀ ਭੂਆ ਵਿਆਹੀ ਸੀ ਇੱਥੇ ਪਿੰਡ ਮਲਕੇ, ਅਤੇ ਆਪਦੀ ਭੂਆ ਦੇ ਲੜਕੇ ਕੋਲ ਉਹ ਮਿਲਣ ਵਾਸਤੇ ਆਇਆ ਸੀ, ਉਹਦਾ ਨਾਂ ਹੈਗਾ ਜਸਵਿੰਦਰ ਸਿੰਘ, ਜਸਵਿੰਦਰ ਸਿੰਘ ਪੁੱਤਰ ਮੰਗਾ ਸਿੰਘ, ਅਤੇ ਇੱਕ ਜਸਵਿੰਦਰ ਦੀ ਵਾਈਫ ਹੈ ਕੁਲਦੀਪ ਕੌਰ, ਵਾਈਫ ਉਹ ਜਸਵਿੰਦਰ ਸਿੰਘ, ਇਹਨਾਂ ਦੋਨਾਂ ਨੇ ਰਲ ਕੇ ਉਹਦਾ ਜਿਹੜਾ ਕਤਲ ਕਰਤਾ, ਉਹਦੇ ਸੰਬੰਧ ਵਿੱਚ ਮੈਂ ਇੱਥੇ ਮਲਕੇ ਪਹੁੰਚਿਆ, ਤਫਤੀਸ਼ ਕਰ ਰਿਹਾ। ਇਹ ਕਤਲ ਕਿਹਦੇ ਘਰੇ ਹੋਇਆ ਜੀ? ਇਹ ਜਿਹੜਾ ਕਤਲ ਹੋਇਆ ਹੈ ਇਹ ਨਾ ਕਿਰਾਏ 'ਤੇ ਰਹਿ ਰਿਹਾ ਬੰਦਾ, ਬੱਬੀ ਸਿੰਘ ਪੁੱਤਰ ਚਰਨ ਸਿੰਘ, ਇਹ ਜਿਹੜਾ ਹੈਗਾ ਕਾਤਲ ਜਸਵਿੰਦਰ ਸਿੰਘ, ਇਹਦੇ ਚਾਚੇ ਦਾ ਮੁੰਡਾ ਹੀ ਹੈ, ਉਹਦਾ ਮਕਾਨ ਹੈ। ਘਰੇ ਸੀਗਾ ਕੋਈ ਹੋਰ? ਘਰੇ ਕੋਈ ਨਹੀਂ ਸੀਗਾ, ਘਰੇ ਲੌਕ ਲੱਗਿਆ ਸੀ, ਇਹਨਾਂ ਨੇ ਚਾਬੀਆਂ ਲੈ ਕੇ ਬਾਹਰ ਖੋਲ ਲਿਆ ਬੱਚਿਆਂ ਤੋਂ, ਅਤੇ ਉਹਨੂੰ ਅੰਦਰ ਲਿਜਾ ਕੇ ਜਿਹੜਾ ਉਹਦਾ ਕਤਲ। ਕਿਵੇਂ ਮਾਰਿਆ? ਕਿਵੇਂ ਮਾਰਿਆ? ਸਾਡੀ ਤਫਤੀਸ਼ ਚੱਲ ਰਹੀ ਹੈ, ਉਹਦੇ ਵਿੱਚ ਘੋਟਾ ਵਗੈਰਾ ਅਤੇ ਰਾਡ ਵਗੈਰਾ ਯੂਜ਼ ਹੋਈ ਹੈ, ਇੱਕ ਰੱਸਾ ਯੂਜ਼ ਹੋਇਆ, ਉਹ ਬਾਕੀ ਯੂਨੀਵਰਸਿਟੀ ਕਹਿੰਦਾ ਹਿੱਸਾ, ਮੈਂ ਦੇਖ ਰਿਹਾ ਵੀ ਅੱਗੇ ਕੀ ਹੈ। ਦੋਨੋਂ ਪਤੀ ਪਤਨੀ ਨੇ ਰਲ ਕੇ ਮਾਰਿਆ? ਦੋਨੇ ਪਤੀ ਪਤਨੀ ਰਲ ਕੇ ਹੁਣ ਤੱਕ ਦੀ ਜਿਹੜੀ ਤੁਸੀਂ ਸਾਹਮਣੇ ਆਈ। ਇਹਦੀ ਕੀ ਰਿਸ਼ਤੇਦਾਰੀ ਮਰਨ ਵਾਲੀ? ਇਹ ਮਾਮੇ ਭੂਆ ਦੇ ਲੜਕੇ ਨੇ ਆਵੇ। ਅਤੇ ਕਾਰਨ ਕੀ ਰਿਹਾ? ਕਾਰਨ ਹਜੇ ਯੂਨੀਵਰਸਿਟੀ ਕਹਿੰਦਾ ਹਿੱਸਾ, ਉਹ ਦੇਖਾਂਗੇ ਬਾਅਦ 'ਚ ਕੀ ਬੰਦ ਇਨਵੈਸਟੀਗੇਸ਼ਨ ਕਰਨੀ ਹੈ, ਜੇ ਦੋਸ਼ੀ ਕਾਬੂ ਕਰ ਲਏ ਉਸ ਤੋਂ ਬਾਅਦ ਦੱਸਾਂਗੇ। ਦੋਨੇ ਅਰੈਸਟ ਕਰ ਲਏ ਜੀ? ਨਹੀਂ ਜੀ ਨਹੀਂ। ਅਤੇ ਇਹ ਕੋਈ ਜਾਣਕਾਰੀ ਵੀ ਮਿਲੀ ਆ ਕਿ ਪਹਿਲਾਂ ਵੀ ਇਹਨਾਂ ਦਾ ਕੋਈ ਰਾਜੀਨਾਮਾ ਹੋਇਆ ਸੀ ਕਿਸੇ ਗੱਲ ਨੂੰ ਲੈ ਕੇ? ਨਹੀਂ, ਮੇਰੇ ਧਿਆਨ 'ਚ ਨਹੀਂ, ਦੇਖ ਰਹੇ ਇਹਦੇ ਬਾਰੇ। ਤੁਹਾਡੇ ਵੱਲੋਂ ਕਾਰਵਾਈ ਕੀ ਕੀਤੀ ਗਈ? 302 ਅਤੇ 34 IP ਦਾ ਮੁਕੱਦਮਾ ਦਰਜ ਕਰਨ ਜਾ ਰਿਹਾ।